ਜਿਹੜੀਆਂ ਟਰਾਫੀਆਂ ਤੁਸੀਂ ਦੇਖ ਰਹੇ ਹੋ ਇਹ ਕਿਸੇ ਇਨਸਾਨ ਨੇ ਨਹੀਂ ਬਲਕਿ ਜਾਨਵਰਾਂ ਦੁਆਰਾ ਜਿੱਤੀਆਂ ਗਈਆਂ ਹੈ ਸੋ ਟਰਾਫੀਆਂ ਦੀ ਤਦਾਦ ਤੁਸੀਂ ਜ਼ਰੂਰ ਦੇਖ ਰਹੇ ਹੋ ਸੋ ਟਰਾਫੀਆਂ ਦੀ ਤਦਾਦ ਬਹੁਤ ਜ਼ਿਆਦਾ ਹੈ ਲੇਕਿਨ ਇਸ ਦੇ ਪਿੱਛੇ ਜਿਹੜੀ ਮਿਹਨਤ ਹੈ ਉਹ ਇੱਕ ਇਨਸਾਨ ਦੀ ਹੈ ਸੋ ਉਸ ਇਨਸਾਨ ਦੁਆਰਾ ਕਿੰਨੀ ਮਿਹਨਤ ਕੀਤੀ ਜਾਂਦੀ ਹੈ ਸੋ ਇਹ ਟਰਾਫੀਆਂ ਸਾਰੀਆਂ ਪੰਜਾਬ ਦੇ ਜਾਂ ਫਿਰ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਡੌਗ ਕੰਪੀਟੀਸ਼ਨ ਦੇ ਦੁਆਰਾ ਜਿੱਤੀਆਂ ਗਈਆਂ ਹਨ ਉਹਨਾਂ ਦੇ ਕੁੱਤਿਆਂ ਦੁਆਰਾ ਜਿੱਤੀਆਂ ਗਈਆਂ ਸੋ ਇਸ ਦੇ ਵਿੱਚ ਜਿਹੜੀ ਨੌਜਵਾਨ ਦੀ ਮਿਹਨਤ ਹੈ ਉਸ ਦੇ ਨਾਲ ਵੀ ਤੁਹਾਨੂੰ ਮਿਲਾਨ ਦੀ ਕੋਸ਼ਿਸ਼ ਕਰਾਂਗੇ ਮਨਜੀਤ ਸਿੰਘ ਡਿੰਪੀ ਕਿਵੇਂ ਸ਼ੌਕ ਪਿਆ ਤੇ ਫਿਰ ਇਹ ਸ਼ੌਕ ਟ੍ਰੋਫੀਆਂ ਤੇ ਆ ਕੇ ਹਲੇ ਖਤਮ ਹੋਇਆ ਜਾਂ ਨਹੀਂ ਸੋ ਜਦੋਂ ਉਹਨਾਂ ਦੇ ਸਿਖਾਏ ਕੁੱਤੇ ਜਾਂ ਫਿਰ ਉਹਨਾਂ ਦੇ ਟ੍ਰੇਨ ਕੀਤੇ ਕੁੱਤੇ ਜਦੋਂ ਟ੍ਰੋਫੀ ਲੈ ਕੇ ਆਉਂਦੇ ਆ ਤੇ ਅੰਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਆ ਸੋ ਇਹ ਸਭ ਕੁਝ ਅਸੀਂ ਮਨਜੀਤ ਸਿੰਘ ਕੋ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਮਨਜੀਤ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਪੰਜਾਬ ਪ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਜੀ ਮਨਜੀਤ ਜੀ ਟਰੋਫੀਆਂ ਬਹੁਤ ਜ਼ਿਆਦਾ ਤਾਦਾਦ ਆ ਟਰੋਫੀਆਂ ਦੀ ਟਰੋਫੀਆਂ ਜਿੱਤੀਆਂ ਗਈਆਂ ਤੁਹਾਡੇ ਕੁੱਤਿਆਂ ਦੁਆਰਾ ਜਿੱਤੀਆਂ ਗਈਆਂ ਸੋ ਸਭ ਤੋਂ ਪਹਿਲਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸ਼ੌਂਕ ਕਿਵੇਂ ਪਿਆ ਤੁਹਾਨੂੰ ਕਿਉਂਕਿ ਬੜੀ ਵੱਡੀ ਮੈਂ ਤਾਂ ਕਿ ਜਦੋਂ ਇਨਸਾਨ ਟਰੋਫੀ ਜਿੱਤਾਤੇ ਉਸਦੇ ਪਰਿਵਾਰਕ ਮੈਂਬਰ ਹੋਣ ਜਾਂ ਫਿਰ ਬਾਕੀ ਜਿਹੜੇ ਯਾਰ ਦੋਸਤ ਹੋ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਸੋ ਜਦੋਂ ਤੁਹਾਡੇ ਕੁੱਤਿਆਂ ਦੁਆਰਾ ਟਰੋਫੀਆਂ ਜਿੱਤੀਆਂ ਗਈਆਂ ਉਦੋਂ ਕਿੰਨੀ ਖੁਸ਼ੀ ਹਿਤ ਸਰ ਵੇਖੋ ਇਹ ਸ਼ੌਂਕ ਤੇ ਮੈਨੂੰ ਬਹੁਤ ਪੁਰਾਣਾ ਸੀ ਹਰ ਸ਼ੁਰੂ ਤੋਂ ਦਾਦੇ ਦੇ ਟਾਈਮ ਤੇ ਹੀ ਡੌਗ ਕਰੇ ਜਾਨਵਰ ਰੱਖਦੇ ਆਏ ਆ ਠੀਕ ਹੈ ਅਮਰੀਕਨ ਬੁਲੀ ਬਰੀਡ ਮੈਂ ਰੱਖੀ ਹੈ 2012-13 ਵਿੱਚ ਉਹ ਤੋਂ ਸ਼ੁਰੂਆਤ ਕੀਤੀ ਆ ਠੀਕ ਆ ਬਾਅਦ ਚੋ ਇਨਾ ਕਈ ਬਰੀਡਾਂ ਮੈਨੂੰ ਪਿਆਰ ਹੋਇਆ ਤੇ ਬਾਅਦ ਚੋ ਫਿਰ ਕੰਟੀਨਿਊ ਫਿਰ ਇਸ ਤੋਂ ਅੱਗੇ ਹੋਰ ਸੁਧਾਰ ਕਰਦੇ ਵਧੀਆ ਵਧੀਆ ਨਸਲ ਦੇ ਡੌਗ ਲਿਆਂਦੇ ਰਹੇ ਹਾਂ ਜੀ ਤੇ ਕੰਪੀਟੀਸ਼ਨ ਪਹਿਲੀ ਟਰੋਫੀ ਕਿਦੋਂ ਜਿੱਤੀ ਸੀ ਤੁਸੀਂ ਕੰਪੀਟੀਸ਼ਨ ਵੇਖੋ ਜੀ ਐ ਅਮਰੀਕਨ ਬੁਲੀ ਸ਼ੋ ਹੱਡਾ ਜਿਹੜਾ ਹੈਗਾ ਇਹ ਹੁੰਦਾ ਸੀ ਪਹਿਲਾਂ ਏ ਕੇਸੀ ਆਈ ਇੱਕ ਸ਼ੋਅ ਹੁੰਦੇ ਆ ਉਹਦੇ ਵਿੱਚ ਸਾਡੀ ਅਮਰੀਕਨ ਬੁਲੀ ਐਂਟਰੀ ਨਹੀਂ ਹੈਗੀ ਠੀਕ ਆ ਫਿਰ ਪਹਿਲਾ ਸਾਡਾ ਸ਼ੋਅ ਏਬੀਆਰ ਦਾ ਹੋਇਆ ਸੀ ਸਾਡੀ ਬਾਹਰ ਦੀ ਸੰਸਥਾ ਵਾ ਉਹ ਬਾਈ ਆਪਣਾ ਗੁਰਜੰਟ ਵੀਰ ਹੁਣੀ ਲੱਕੀ ਸੰਧੂ ਹੁਣੀ ਆ ਪਿੰਡੀ ਸੰਧੂ ਹੁਣੀ ਉਹਨਾਂ ਵੀਰਾਂ ਨੇ ਇੱਥੇ ਸ਼ੋਅ ਓਰਗੇਨਾਈਜ਼ ਕਰਾਇਆ ਤੇ ਉਹਦੇ ਵਿੱਚ ਪਹਿਲੀ ਟਰੋਫੀ ਮੇਰਾ ਡੌਗ ਬੁਲਗਾਟੀ ਜਿਹੜਾ ਮੇਰਾ ਥਾਈਲੈਂਡ ਤੋਂ ਇੰਪੋਰਟ ਸੀ ਉਹ ਬੈਸਟ ਇਨ ਸ਼ੋਅ ਲੱਗਾ ਸੀ ਮੇਲਵੇਕ ਕੈਟਾਗਰੀ ਵਿੱਚ ਹਾਂਜੀ ਤੇ ਇਸ ਤੋਂ ਇਲਾਵਾ ਗੱਲ ਕਰੀਏ ਤੇ ਹੁਣ ਕਿਉਂਕਿ ਜਦੋਂ ਤੁਸੀਂ ਏ ਕੋਈ ਕੁੱਤਾ ਲਿਆਂਦੇ ਹੋ ਕਿੰਨੀ ਉਮਰ ਦੇ ਵਿੱਚ ਲਿਆਂਦੇ ਹੋ ਤੇ ਉਸ ਤੋਂ ਬਾਅਦ ਮਿਹਨਤ ਕੀ ਹੁੰਦੀ ਹੈ ਕਿਉਂਕਿ ਉਸ ਤੋਂ ਬਾਅਦ ਸ਼ੋਅ ਕਰਾਣੇ ਆ ਟਰੋਫੀ ਜਿੱਤਨੀ ਆ ਸਭ ਤੋਂ ਜ਼ਿਆਦਾ ਖੁਸ਼ੀ ਤੇ ਉਦੋਂ ਹੁੰਦੀ ਜੇ ਟਰੋਫੀ ਤੁਹਾਡੇ ਦੁਆਰਾ ਜਿਹੜਾ ਟ੍ਰੇਨ ਕੁੱਤਾ ਉਹ ਜਿੱਦਾ ਵਾ ਸੋ ਕਿੰਨੀ ਉਮਰ ਦੇ ਵਿੱਚ ਕੁੱਤੇ ਨੂੰ ਤੁਸੀਂ ਲੈ ਕੇ ਆਂਦੇ ਹੋ ਤੇ ਕਿਵੇਂ ਉਹਨੂੰ ਟ੍ਰੇਨ ਕਰਦੇ ਹੋ ਸ਼ੁਰੂਆਤ ਦੇਖੋ ਜੀ ਜਿਵੇਂ ਮੇਰਾ ਨਾਮ ਦਾ ਡੈਕਰ ਕੈਨਲ ਮੇਰੇ ਨਾਮ ਹੈ ਨਾ ਡੌਗ ਦਾ ਸਭ ਤੋਂ ਪਹਿਲਾਂ ਮੈਂ ਡੌਗ ਲੈ ਕੇ ਆਂਦਾ ਸੀ ਇੱਕ ਡੈਕਰ ਤੇ ਉਹਨੂੰ ਬਾਅਦ ਵਿੱਚ ਮੈਂ ਸ਼ੋਅਾਂ ਤੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਜਿਵੇਂ ਕੋਈ ਲੁਧਿਆਣੇ ਲੈ ਜਾਣਾ ਕਦੀ ਪੰਜਾਬ ਦੇ ਵੱਖ-ਵੱਖੇ ਸਟੇਟ ਲੈ ਜਾਣਾ ਹੈ ਨਾ ਸ਼ਹਿਰਾਂ ਵਿੱਚ ਤੇ ਉੱਥੇ ਜਾ ਕੇ ਲੋਕਾਂ ਨੇ ਪਬਲਿਕ ਨੇ ਬਹੁਤ ਉਹਨੂੰ ਪਸੰਦ ਕਰਨਾ ਫੋਟੋਆਂ ਖਿੱਚਣੀਆਂ ਸੈਲਫੀਆਂ ਲੈਣੀਆਂ ਇਹ ਚੀਜ਼ਾਂ ਵੇਖ ਕੇ ਮੈਨੂੰ ਹੋਰ ਕਰੇਜ਼ ਆਪਣੇ ਆਪ ਨੂੰ ਪ੍ਰਾਊਡ ਫੀਲ ਹੁੰਦਾ ਸੀ ਠੀਕ ਹੈ ਨੇ ਬਾਅਦ ਵਿੱਚ ਪ੍ਰਾਈਜ਼ ਜਿੱਤ ਕੇ ਲੈ ਕੇ ਆਣੇ ਤੇ ਬਾਅਦ ਵਿੱਚ ਹੌਲੀ-ਹੌਲੀ ਬਸ ਸ਼ੌਂਕ ਵੱਧਦਾ ਵੱਧ ਗਿਆ ਡਰ ਇੱਕ ਡਰ ਵੀ ਹੁੰਦਾ ਸ਼ੁਰੂਸ਼ੂਤ ਜਦੋਂ ਕੰਮ ਕੀਤਾ ਇਹ ਕੁੱਤੇ ਲਿਆਂਦੇ ਸੀ ਇੱਕ ਡਰ ਵੀ ਪਰਿਵਾਰਿਕ ਮੈਂਬਰ ਕੋ ਕਿ ਤੁਹਾਡੇ ਬੱਚੇ ਵੀ ਛੋਟੇ ਛੋਟੇ ਐ ਇੱਕ ਡਰ ਵੀ ਹੁੰਦਾ ਕਿ ਕਿਤੇ ਕੋਈ ਨੁਕਸਾਨ ਨਾ ਹੋਏ ਐ ਕੁੱਤਿਆਂ ਦੇ ਨਾਲ ਡਰ ਦੀ ਤੁਸੀਂ ਬੜੀ ਵਧੀਆ ਗੱਲ ਕੀਤੀ ਐ ਜਦੋਂ ਮੈਂ ਇਸ ਲਾਈਨ ਵਿੱਚ ਪਿਆ ਬੜੇ ਕਈਆਂ ਰਿਸ਼ਤੇਦਾਰਾਂ ਨੇ ਤਾਨੇ ਮਾਰੇਗੇ ਕੰਮ ਕੀ ਕਰੰਦਾ ਕੁੱਤਿਆਂ ਦਾ ਕੰਮ ਕਿਹੜਾ ਹੁੰਦਾ ਹੈ ਨਾ ਬੜੇ ਉਹਨਾਂ ਤਾਨੇ ਮਾਰੇ ਪਰ ਜਦੋਂ ਹੌਲੀ ਹੌਲੀ ਸਕਸੈਸਫੁਲ ਹੁੰਦਾ ਗਿਆ ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਨਹੀਂ ਜੀ ਇੱਕ ਹੁੰਦਾ ਲੈਵਲ ਹੁੰਦਾ ਹਰ ਇੱਕ ਕੰਮ ਉੱਦਾਂ ਕਰਨ ਦਾ ਆਪਾਂ ਤੇ ਬਾਹਰੋਂ ਤੱਕ ਵੀ ਮੰਗਾਲੇ ਥਾਈਲੈਂਡ ਤੋਂ ਵੀ ਹੁਣ ਕਿੱਥੋਂ ਕਿੱਥੋਂ ਡੌਗ ਤੁਸੀਂ ਹੁਣ ਤੱਕ ਇੰਪੋਰਟ ਕਰਵਾਏ ਆ ਤੇ ਕਿੰਨੇ ਕੁੱਤੇ ਤੁਹਾਡੇ ਕੋਲ ਇਸ ਵੇਲੇ ਹੈਗੇ ਹੁਣ ਤੱਕ ਮੈਂ 4 ਡੌਗ ਇੰਪੋਰਟ ਕਰਵਾ ਲਏ ਆ ਜੀ ਜਿਨ੍ਹਾਂ ਵਿੱਚੋਂ ਤਿੰਨ ਡੌਗ ਮੇਰੇ ਥਾਈਲੈਂਡ ਤੋਂ ਹੀ ਇੱਕ ਡੌਗ ਮੇਰਾ ਚਾਈਨਾ ਤੋਂ ਹਾਂਜੀ ਤੇ ਕਿੰਨੇ ਕੁੱਤੇ ਤੁਹਾਡੇ ਕੋਲ ਹੈਗੇ ਆ ਤੇ ਕੀ ਉਹਨਾਂ ਦਾ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਕੁੱਤੇ ਕਹਿੰਦੇ ਕਿ ਜਦੋਂ ਪਰਿਵਾਰ ਨਾਲ ਹੋਏ ਕੁੱਤਿਆਂ ਦਾ ਤੇ ਉਹਨਾਂ ਨੂੰ ਹਰ ਚੀਜ਼ 'ਚ ਕ੍ਰੇਜ਼ ਹੁੰਦਾ ਹੈ ਗੇਮ ਵੀ ਲਾਂਦੇ ਆ ਕੰਪੀਟੀਸ਼ਨਾਂ 'ਚ ਵੀ ਜਾਂਦੇ ਆ ਕਿ ਪਰਿਵਾਰ ਪੂਰਾ ਰੱਖਦੇ ਹੋ ਜਾਂ ਕੱਲਾ ਇੱਕ ਕੁੱਤਾ ਲੈ ਕੇ ਸਟਾਰਟਿੰਗ ਤੇ ਉਹ ਪਰਿਵਾਰ ਦਾ ਨਹੀਂ ਇੰਨਾ ਕਿ ਕਿਹੜੇ ਕੰਮ 'ਚ ਪੈ ਗਿਆ ਹਨ ਜਦੋਂ ਉਹਨਾਂ ਨੇ ਵੇਖਿਆ ਕਿ ਬੱਚਾ ਸਾਡਾ ਕਾਮਯਾਬ ਹੋਉਂਦਾ ਸ਼ੋਹਾਂ ਤੇ ਜਾਣਾ ਟਰੋਫੀਆਂ ਲੈ ਕੇ ਜਾਣੀਆਂ ਕੈਸ਼ ਪ੍ਰਾਈਜ਼ ਤੱਕ ਜਿੱਤ ਕੇ ਲੈ ਕੇ ਜਾਣੇ ਤੇ ਉਹਨਾਂ ਨੂੰ ਪਤਾ ਲੱਗਿਆ ਫਿਰ ਕਿ ਚਲੋ ਵਧੀਆ ਲਾਈਨ ਹਨਾ ਆਪਾਂ ਕਿਹੜਾ ਕੋਈ ਗਲਤ ਕੰਮ ਕਰਨ ਨਹੀਂ ਮਿਹਨਤੀ ਕਰਨੇ ਆ ਜੀ ਪਰਿਵਾਰ ਕੁੱਤਿਆਂ ਦਾ ਜਿਹੜਾ ਤਹਾਡੇ ਕੋ ਹੈਗਾ ਪੂਰਾ ਪਰਿਵਾਰ ਕੀ ਕੀ ਮੈਨਾਂ ਮੇਰੇ ਕੋ ਇਨਾਂ ਦੇ ਆਪਣੇ ਹੋਮ ਬਰੀਡਿੰਗ ਆ ਮੇਰੀ ਕਿਉਂ ਇਨਾਂ ਦੀ ਮਾਂ ਵੀ ਆ ਇਨਾਂ ਦੀ ਨਾਨੀਆਂ ਦਾਦੀਆਂ ਪਰਦਾਦੀਆਂ ਸਭ ਤੱਕ ਕੁਝ ਆਪਣੇ ਕੋ ਹੈਗਾ ਜੀ ਹਾਂ ਤੇ ਅਜunta ਕਿੰਨੀਆਂ ਟਰੋਫੀਆਂ ਜਿੱਤੀਆਂ ਕਿੱਥੇ ਕਿੱਥੋਂ ਜਿੱਤ ਕੇ ਟਰੋਫੀਆਂ ਅੱਜ ਕੋਤੇ ਰਾਡੇ ਇੱਥੇ ਲੈ ਕੇ ਆਏ ਟਰੋਫੀਆਂ ਮਾਰੇ ਦੀ ਕਿਰਪਾ ਨਾਲ ਬੜੀਆਂ ਜਿੱਤੀਆਂ ਤੇ ਗਾਂ ਹੋਰ ਵੀ ਆਪਾਂ ਜਿੱਤਾਂਗੇ ਠੀਕ ਹੈ ਜੀ ਆ ਆਪਣਾ ਜਿਹੜਾ ਤੁਹਾਨੂੰ ਕਿਹਾ ਸਭ ਤੋਂ ਪਹਿਲਾ ਸਾਡਾ ਸ਼ੋ ਅਮਰੀਕਨ ਪੁਲਿਸ ਸਪੈਸ਼ਲਿਟੀ ਦਾ ਹੋਇਆ ਸੀ EBR ਦਾ ਉਹਦਾ ਮੇਰੇ ਡੋਥ ਥਾਈਲੈਂਡ ਤੋਂ ਬੁਲਗਾਟੀ ਨੇ ਇਹ ਟਰੋਫੀ ਜਿੱਤੀ ਫਰਸਟ ਬੈਸਟ ਇਨ ਸ਼ੋ ਲੱਗਾ ਸੀ ਉਹ ਮੇਲ ਕੈਟਾਗਰੀ ਦੇ ਵਿੱਚ ਉਸ ਤੋਂ ਬਾਅਦ ਦੇਖ ਲੋ ਗਏ ਆ ਖੰਨੇਓ ਜਿੱਤ ਕੇ ਆਇਆ ਮੇਰਾ ਡੌਗ ਬਲੈਕ ਵਾਲਾ ਤੁਹਾਨੂੰ ਦਿਖਾਇਆ ਠੀਕ ਹੈ ਸੈਕਿੰਡ ਬੈਸਟ ਇਨ ਸ਼ੋ ਲੱਗਾ ਉਸ ਤੋਂ ਬਾਅਦ ਮੇਰਾ ਥਾਈਲੈਂਡ ਮਾਰਲੇ ਡੌਗ ਜਿਹੜਾ ਉਹ ਜਿੱਤਿਆ ਇਹ ਮੋਗੇ ਤੋਂ ਜਿੱਤ ਕੇ ਆਇਆ ਸੀ ਠੀਕ ਹੈ ਇਸ ਪਟਿਆਲੇ ਤੋਂ ਆ ਜੀ ਵੱਖ-ਵੱਖ ਟਰੋਫੀਆਂ ਅੰਮ੍ਰਿਤਸਰ ਤੋਂ ਹੀ ਜਿੱਤੀਆਂ ਆ ਸਾਰੀਆਂ ਲਿਖਿਆ ਆ ਸਾਰਾ ਕੁਝ ਬਹੁਤ ਮਿਹਨਤੀ ਇਨਾਂ ਪਿੱਛੇ ਐਵੇਂ ਨਹੀਂ ਮਿਲਦੀਆਂ ਅਦੇ ਵਿੱਚ ਕੁਝ ਸੈਕਿੰਡ ਪ੍ਰਾਈਜ਼ ਹੈ ਕੁਝ ਫਰਸਟ ਪ੍ਰਾਈਜ਼ ਹੈ ਜਦੋਂ ਸੈਕਿੰਡ ਆਂਦਾ ਪ੍ਰਾਈਜ਼ ਤੇ ਫੀਲ ਹੁੰਦਾ ਹੈ ਕਿ ਯਾਰ ਇਸ ਜਗ੍ਹਾ ਤੇ ਫਰਸਟ ਆਣਾ ਚਾਹੀਦਾ ਨਹੀਂ ਜੀ ਕੋਈ ਫੀਲ ਨਹੀਂ ਹੁੰਦਾ ਜੀ ਇਹ ਜਿੱਤ ਹਾਰ ਤੇ ਬਣੀ ਹੈ ਇੱਕ ਤੇ ਬੜਾ ਜਿ ਆਪਾਂ ਸੈਕਿੰਡ ਆਏ ਤੇ ਆਪਾਂ ਆਪਣੀ ਹੋਰ ਉਹ ਕਮੀ ਨੂੰ ਦੂਰ ਕਰਨ ਵਾਸਤੇ ਹੋਰ ਮਿਹਨਤ ਕਰੀਦੀ ਆ ਠੀਕ ਹੈ ਇਹਦੇ ਵਿੱਚ ਕੋਈ ਆਪਾਂ ਆਪਣੇ ਮਨਚ ਮਿਓਸ਼ੀ ਨਹੀਂ ਹੁੰਦੀ ਕੋਈ ਨਹੀਂ ਹੁੰਦਾ ਤੇ ਆਨ ਵਾਲਾ ਤੁਹਾਡਾ ਫਿਊਚਰ ਬਾਰੇ ਕੀ ਸੋਚਦੇ ਹੋ ਕਿ ਹੋਰ ਕਿੰਨੀ ਮਿਹਨਤ ਕਰਨ ਦੀ ਜ਼ਰੂਰਤ ਹੈ ਅਜੀਬ ਦੇਖੋ ਹੁਣ ਤੱਕ ਵੀ ਕਰਨੇ ਤੇ ਗਾਂ ਹੋ ਵੀ ਕਰਦੇ ਹੀ ਰਹਿਣਾ ਵਾ ਠੀਕ ਹੈ ਨਾ ਮਹਾਰਾਜ ਨੇ ਕਾਮਯਾਬ ਕੀਤਾ ਉਹਨੂੰ ਇਸ ਲਾਈਨ ਵਿੱਚ ਇਹਨੇ ਕਿੰਨੇ ਕੁੱਤੇ ਹੁਣ ਹੈਗੇ ਤੁਹਾਡੇ ਕੋ ਪ੍ਰੋਪਰ ਅਮਰੀਕਨ ਬੁੱਲੀ ਮੇਰੇ ਕੋ ਜੀ 25 ਤੋਂ 30 ਹੋ ਗਿਆ ਗਿਆਸ ਟਾਈਮ ਤੇ ਮਿਹਨਤ ਦੀ ਗੱਲ ਕਰੀਏ ਤੇ ਮਿਹਨਤ ਕਿੰਨੀ ਕਰਨੀ ਪੈਂਦੀ ਹੈ ਖਾਣ ਪੀਣ ਦਾ ਖਿਆਲ ਰੱਖਣਾ ਪੈਂਦਾ ਡਾਕਟਰਾਂ ਦਾ ਵੇਖਣਾ ਪੈਂਦਾ ਕਿ ਕਿਉਂਕਿ ਬੋਲ ਨਹੀਂ ਸਕਦੇ ਸੋ ਦੇਖਣਾ ਪੈਂਦਾ ਕੁਝ ਬਿਮਾਰ ਤੇ ਨਹੀਂ ਹੈ ਸੋ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਤੇ ਇਸ ਮੁਕਾਮ ਤੇ ਆ ਕੇ ਫਿਰ ਕੁੱਤੇ ਖੜੇ ਹੁੰਦੇ ਮੈਂ ਤਾਂ ਸਰ ਬੜੀ ਹੈਗੀ ਆ ਦੇਖੋ ਇਨੇ ਜਾਨਵਰ ਜਦੋਂ ਇਕੱਠੇ ਹੋਣਾ ਕੋਈ ਨਾ ਕੋਈ ਢਿੱਲਾ ਮੱਠਾ ਰਹਿ ਹੀ ਜਾਂਦਾ ਹਨਾ ਹੁਣ ਵੀ ਇੱਕ ਡੌਗ ਮੇਰਾ ਖੇੜਦੇ ਖੇੜਦੇ ਵਿਚਾਰੇ ਨੇ ਸੱਟ ਤੇ ਅੱਖ ਤੇ ਸੱਟ ਲਵਾ ਲਈ ਆ ਹੁਣ ਇਹਨੂੰ ਜਾ ਕੇ ਡਾਕਟਰ ਕੋ ਫੋਨ ਕਰਾਂਗਾ ਜੇ ਉਹ ਆਣ ਕੇ ਇਹਨੂੰ ਵਿਜ਼ਿਟ ਕਰਨਗੇ ਆ ਕੇ ਤੇ ਦਾ ਇਲਾਜ ਕਰਾਵਾਂਗੇ ਆਪਾਂ ਖਾਣ ਪੀਣ ਦਾ ਕਿਵੇਂ ਖਿਆਲ ਰੱਖਦੇ ਹੋ ਦੇਖੋ ਸਰ ਸਵੇਰ ਦੇ ਟਾਈਮ ਦੇਖੋ ਇਹਨਾਂ ਨੂੰ ਫੀਡ ਤੇ ਨਾਲ ਦੇਈ ਐਗ ਠੀਕ ਆ ਸ਼ਾਮ ਦੇ ਟਾਈਮ ਇਹਨਾਂ ਦਾ ਡੇਲੀ ਚਿਕਨ ਚੋਲ ਬੰਦਾ ਵਾ ਬਾਕੀ ਜਿਹੜੇ ਸਪਲੀਮੈਂਟ ਮਲਟੀ ਵਿਟਾਮਿਨ ਕੈਲਸ਼ੀਅਮ ਉਹ ਤੇ ਡੇਲੀ ਚੱਲਦੇ ਚੱਲਦੇ ਆ ਗਰਮੀਆਂ 'ਚ ਥੋੜੀ ਡਾਈਟ ਚੇਂਜ ਹੋ ਜਾਂਦੀ ਗਰਮੀਆਂ 'ਚ ਲਿਕਵਿਡ ਡਾਈਟ ਜਿਆਦਾ ਦੇਈ ਦੀ ਦਹੀਂ ਤੇ ਲੱਸੀ ਦਾ ਜਿਆਦਾ ਜੋਰ ਰੱਖੀਦਾ ਵਾ ਹਾਂਜੀ ਤੇ ਪੰਜਾਬ ਦੇ ਵਿੱਚ ਹੀ ਕੰਪੀਟੀਸ਼ਨ ਤੁਸੀਂ ਹਾਲੇ ਤੱਕ ਲੜੇ ਆ ਜਾਂ ਪੰਜਾਬ ਤੋਂ ਬਾਹਰ ਵੀ ਕੰਪੀਟੀਸ਼ਨਾਂ 'ਚ ਗਏ ਦੇਖੋ ਜਿਵੇਂ ਇਹ ਆ ਡੀ ਅਮਰੀਕਨ ਬੁਲੀ ਦੀ ਇੱਕ ਆਡੀ ਸੰਸਥਾ ਹੈਗੀ ਆ ਹਜੇ ਤੱਕ ਤੇ ਆਪਾਂ ਪੰਜਾਬ ਦੇ ਵਿੱਚ ਇਹਨਾਂ ਦੇ ਸ਼ੋਅ ਕਰਾ ਰਹੇ ਆ ਕੱਲ ਨੂੰ ਕਿਤੇ ਬਾਹਰ ਅਦਰ ਸਟੇਟ ਵਿੱਚ ਹੁੰਦੇ ਜਿਵੇਂ ਬਾਹਰਲੀ ਸਾਈਡ ਕੇਰਲਾ ਜਾਂ ਹੋਰ ਕੋਈ ਸਾਈਡ ਹੋਊ ਤੇ ਆਪਾਂ ਉੱਥੇ ਵੀ ਜ਼ਰੂਰ ਲੈ ਕੇ ਬਿਲਕੁਲ ਮਨਜੀਤ ਸਿੰਘ ਦਾ ਉਪਰਾਲਾ ਬਹੁਤ ਵਧੀਆ ਹੈ ਕਿ ਮਿਹਨਤ ਜ਼ਰੂਰ ਕਰਾਨੀ ਕਿਉਂਕਿ ਜਿਹੜੀ ਟਰੋਫੀਆਂ ਤੁਸੀਂ ਅਸੀਂ ਤੁਹਾਨੂੰ ਦਿਖਾਈਆਂ ਇਹ ਟਰੋਫੀਆਂ ਦੇ ਪਿੱਛੇ ਮਿਹਨਤ ਜਿਹੜੀ ਜ਼ਰੂਰ ਮਨਜੀਤ ਦੀ ਹੈ ਲੇਕਿਨ ਜਿਹੜੀ ਮਿਹਨਤ ਅੰਨਾ ਨੇ ਆਪਣੇ ਜਿਹੜੀ ਟ੍ਰੇਨਿੰਗ ਕੁੱਤਿਆਂ ਨੂੰ ਦਵਾਈ ਹੈ ਉਸਦੇ ਮਿਹਨਤ ਸਦਕਾ ਹੀ ਅੱਜ ਅੰਨਾ ਦੇ ਕੁੱਤੇ ਕਈ ਅਵਾਰਡ ਜਿੱਤਣ ਦੇ ਵਿੱਚ ਕਾਮਯਾਬ ਹੋਏ ਹੈ ਹਾਲਾਂਕਿ ਐਲਵਾਅਰਡ ਵੀ ਜਿੱਤਿਆ ਹੈ ਕਈਆਂ ਜ ਦੂਸਰਾ ਸੋ ਪੰਜਾਬ ਪਰ ਦੇ ਵਿੱਚ ਕੰਪੀਟੀਸ਼ਨ ਜ਼ਰੂਰ ਕਰਵਾਏ ਜਾਂਦੇ ਆ ਸੋ ਮਿਹਨਤ ਜ਼ਰੂਰ ਮਨਜੀਤ ਸਿੰਘ ਦੀ ਹੈ ਤੇ ਮਨਜੀਤ ਸਿੰਘ ਦਾ ਆਉਣ ਵਾਲਾ ਸੁਪਨਾ ਜ਼ਰੂਰ ਹੈ ਕਿ ਦੇਸ਼ ਪੰਜਾਬ ਤੋਂ ਬਾਹਰ ਜਦੋਂ ਵੀ ਕੰਪੀਟੀਸ਼ਨ ਹੋਏ ਉਹ ਆਪਣੇ ਕੁੱਤਿਆਂ ਨੂੰ ਲੈ ਕੇ ਜਾਣਗੇ ਤੇ ਉਹ ਲੈ ਕੇ ਜਾਣਗੇ ਤੇ ਟਰੋਫੀਆਂ ਪੰਜਾਬ ਦੇ ਵਿੱਚੋਂ ਕੀ ਬਾਹਰੋਂ ਵੀ ਜਿੱਤ ਕੇ ਲਿਆਣਗੇ ਅਤੇ ਆਪਣਾ ਕੁੱਤਿਆਂ ਦੇ ਨਾਲ ਨਾਲ ਆਪਣਾ ਨਾਮ ਵੀ ਉਹਨਾਂ ਦਾ ਰੋਸ਼ਨ ਹੋਏਗਾ ਅਮਿਤ ਸ਼ਰਮਾ ਪੰਜਾਬਕ ਅੰਮ੍ਰਿਤਸਰ